ਅੱਜ ਮੇਰੇ ਨਾਲ ਹੈ ਸਤਨਾਮ ਸਿੰਘ ਤੇ ਨਵਨੀਤ ਕੌਰ ਜਿਨ੍ਹਾਂ ਦਾ ਆਸਟ੍ਰੇਲੀਆ ਐਪਲੀਕੇਸ਼ਨ ਰਿਫਿਊਜ਼ ਸੀ ਨਿਊਜ਼ੀਲੈਂਡ ਤੋਂ ਰਿਫਿਊਜ਼ ਸੀ ਔਰ ਆਸਟ੍ਰੇਲੀਆ ਦਾ ਬੈਨ ਸੀਗਾ ਅੱਜ ਇਹਨਾਂ ਦੀ ਜ਼ਬਾਨੀ ਸੁਣਨਾ ਚਾਹੂੰਗਾ ਸਰ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਓਮ ਗਲੋਬਲ ਦੇ ਨਾਲ ਕਿੱਦਾਂ ਜਰਨੀ ਰਹੀ ਤੁਹਾਡੀ ਉਹ ਰਿਫਿਊਜ਼ਲਸ ਉਹ ਬੈਨ ਤੋਂ ਲੈ ਕੇ ਅੱਜ ਤੁਹਾਡੇ ਹੱਥ 'ਚ ਵੀਜ਼ਾ ਹੈ ਕੀ ਕਹਿਣਾ ਚਾਹੋਗੇ ਸਰ ਮੇਰਾ ਨਾਮ ਸਤਨਾਮ ਸਿੰਘ ਹੈ ਅਤੇ ਮੈਂ ਆਪਣਾ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕੀਤਾ ਸੀ 2014 ਦੇ ਵਿੱਚ ਉਸ ਤੋਂ ਬਾਅਦ ਮਤਲਬ ਰਿਫਿਊਜ਼ ਤਾਂ ਹੋਇਆ ਹੋਇਆ ਨਾਲ ਮੇਰਾ ਬੈਨ ਵੀ ਕਰ ਦਿੱਤਾ ਹੋਇਆ ਆਸਟ੍ਰੇਲੀਆ ਤੋਂ ਮੇਰੀ ਔਰ ਮੇਰੀ ਵਾਈਫ ਨੂੰ ਦੋਨਾਂ ਨੂੰ ਸਾਨੂੰ ਬੈਨ ਕਰ ਦਿੱਤਾ ਫਿਰ ਦੈਨ ਅਸੀਂ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕੀਤਾ ਸੀਗਾ ਵਿਜ਼ਟਰ ਵੀਜ਼ਾ ਉਹ ਵੀ ਰਿਫਿਊਜ਼ ਹੋਇਆ ਵਰਕ ਪਰਮਿਟ ਅਪਲਾਈ ਕੀਤਾ ਉਹ ਵੀ ਰਿਫਿਊਜ਼ ਹੋਇਆ ਫਿਰ ਮੈਨੂੰ ਕਿਸੇ ਨੇ ਮੈਂ ਕਾਫੀ ਏਜੰਟਸ ਤੋਂ ਗਿਆ ਮਤਲਬ ਕੋਈ ਵੀ ਫਾਈਲ ਲੈਣ ਲਈ ਤਿਆਰ ਨਹੀਂ ਸੀ ਫਿਰ ਮੈਨੂੰ ਕਿਸੇ ਫਰੈਂਡ ਨੇ ਸੁਜੈਸਟ ਕੀਤਾ ਕਿ ਤੁਸੀਂ ਇੱਕ ਵਾਰੀ ਓਮ ਗਲੋਬਲ ਵਿਜ਼ਿਟ ਕਰੋ ਮੈਂ ਉਹਨਾਂ ਨਾਲ ਵਿਜ਼ਿਟ ਕੀਤਾ ਸੁਮੀਤ ਸਰ ਨੂੰ ਮਿਲਿਆ ਮਤਲਬ ਵਧੀਆ ਲੱਗਿਆ ਉਹਨਾਂ ਦਾ ਔਰ ਹੁਣ ਤੋਂ ਲੈ ਕੇ ਹੁਣ ਜਦੋਂ ਤੋਂ ਮੈਂ ਅਪਲਾਈ ਕੀਤਾ ਹੁਣ ਤੱਕ ਉਹਨਾਂ ਦਾ ਬਹੁਤ ਵਧੀਆ ਰਿਸਪੋਂਸ ਰਿਹਾ ਮੇਰੇ ਨਾਲ ਅਤੇ ਹੁਣ ਫਾਈਨਲੀ ਅੱਜ ਮੇਰਾ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਗ੍ਰਾਂਟ ਹੋਇਆ ਮੇਰੀ ਵਾਈਫ ਦਾ ਵੀ ਹੈ ਨਾਲ ਦੋਨਾਂ ਦਾ ਸਾਡਾ ਵਿਜ਼ਟਰ ਵੀਜ਼ਾ ਗ੍ਰਾਂਟ ਹੋਇਆ ਔਰ ਮੈਂ ਬਹੁਤ ਖੁਸ਼ ਹਾਂ ਅਤੇ ਪੂਰਾ ਆਪਣਾ ਥੈਂਕਸ ਕਰਦਾ ਸਾਰੇ ਹੋਮ ਗਲੋਬਲ ਟੀਮ ਦਾ ਥੈਂਕ ਯੂ